ਕਰੂਨਾ ਮਰੋੜ ਕੇ ਪੱਤੀ ਬਣਾ ਕੇ ਦੇ ਦੇ ਚੰਗੇ ਕਲਾਕਾਰ ਦਾ ਯੰਤਰ ਪਏ ਆ ਉਸ ਨੂੰ ਨੰਬਰ ਨਾਲ ਦਾ ਦਵਾ ਲਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਛਲੇ ਕਾਫੀ ਦਿਨਾਂ ਤੋਂ ਕਈ ਗਾਇਕਾਂ ਦੇ ਵਿਰੋਧ ਤੋਂ ਬਾਅਦ ਗੁਰਦਾਸ ਮਾਨ ਨੂੰ ਇੱਕ ਬੋਲੀ ਇੱਕ ਰਾਸ਼ਟਰ ਦੇ ਨਾਅਰੇ ਕਰਕੇ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮਾਮਲੇ ਨੇ ਹੁਣ ਇੱਕ ਨਵਾਂ ਮੋੜ ਲੈ ਲਿਆ ਹੈ ਪਿਛਲੇ ਦਿਨੀ ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲੀ ਇੱਕ ਲੜਕੀ ਨੂੰ ਚੁੱਪ ਰਹਿਣ ਲਈ ਕਾਫੀ ਧਮਕੀਆਂ ਵੀ ਮਿਲੀਆਂ ਤੇ ਇਹ ਵੀ ਕਿਹਾ ਗਿਆ ਕਿ ਐਲੀ ਮੰਗਣ ਤੋਂ ਬਾਅਦ ਹੁਣ ਤੂੰ ਆਪਣਾ ਨੰਬਰ ਨਾ ਲਵਾ ਲਵੇ ਕੱਲ੍ਹ ਆਪਾਂ ਨੇ ਇੱਕ ਵੀਡੀਓ ਪੋਸਟ ਕੀਤੀ ਸੀਗੀ ਜਿਹੜੀ ਕਿ ਗੁਰਦਾਸ ਮਾਨ ਦੇ ਰਿਗਾਰਡਿੰਗ ਸੀਗੀ ਕਿ ਜਿਹੜਾ ਇੱਥੇ ਸ਼ੋਅ ਹੋਇਆ ਉਹਨਾਂ ਨੇ ਇੱਥੇ ਬਹੁਤ ਬੈਡ ਲੈਂਗੁਏਜ ਯੂਜ਼ ਕੀਤੀ ਆ ਅਤੇ ਉਹਦੇ ਰਿਗਾਰਡਿੰਗ ਬੜੀਆਂ ਹੀ ਫੋਨ ਕਾਲਸ ਆ ਰਹੀਆਂ ਅਤੇ ਮੈਸੇਜਿਸ ਆ ਰਹੇ ਆ ਕੁਝ ਕੁ ਮੈਸੇਜ ਮੈਂ ਤੁਹਾਨੂੰ ਸੁਣਾਉਣਾ ਚਾਹੁੰਦੀ ਹਾਂ ਵੀ ਲੋਕਾਂ ਦੀ ਦੇਖੋ ਸੋਚ ਕਿੰਨੀ ਮਾੜੀ ਸੋਚ ਆ ਹਾਂਜੀ ਉਹ ਮੈਂ ਮੈਸੇਜ ਤੁਹਾਨੂੰ ਸੁਣਾਉਣ ਲੱਗੀ ਹਾਂ ਵਿੱਚੋਂ ਇੱਕ ਦੋ ਕੁ ਉਹਨਾਂ ਦੇ ਜਿਹੜੇ ਵੋਇਸ ਮੈਸੇਜ ਆਏ ਹੋ ਆ ਲੋਕਾਂ ਦੇ ਲੋਕ ਸਹੀ ਨੂੰ ਸਹੀ ਵੀ ਨਹੀਂ ਕਹਿ ਰਹੇ ਸਟੈਂਡ ਲੈਣਾ ਸਿੱਖੋ ਜਿਹੜੇ ਲੋਕ ਇੱਦਾਂ ਦੇ ਮੈਸੇਜ ਕਰਦੇ ਆ ਨਾ ਉਹਨਾਂ ਨੂੰ ਮੇਰੀ ਰਿਕੁਐਸਟ ਆ ਕਿ ਸਟੈਂਡ ਲੈਣਾ ਸਿੱਖੋ ਜਿਹੜਾ ਬੰਦਾ ਗਲਤ ਆ ਉਹਨੂੰ ਗਲਤ ਕਹਿਣਾ ਸਿੱਖੋ ਅਸੀਂ ਤਾਂ ਆਪਣੇ ਕੋਲੋਂ ਕੁਛ ਵੀ ਨਹੀਂ ਕਿਹਾ ਲੋਕ ਕਹਿੰਦੇ ਤੁਸੀਂ ਜੀ ਕੱਟ ਵੱਢ ਕੇ ਵੀਡੀਓ ਕਹਿੰਦੇ ਤੁਸੀਂ ਅਪਲੋਡ ਕਰੀ ਜਾਂਦੇ ਹੋ ਗੁਰਦਾਸ ਮਾਨ ਦੇ ਅਗੇਨਸਟ ਕਰੀ ਜਾਂਦੇ ਹੋ ਦਿਸ ਦੈਟ ਜੋ ਉਹਨਾਂ ਨੇ ਬੋਲਿਆ ਅਸੀਂ ਤਾਂ ਵੀਡੀਓ ਉਹੀ ਡਾਊਨਲੋਡ ਕੀਤੀ ਅਪਲੋਡ ਕੀਤੀ ਆ ਹੁਣ ਮੈਂ ਇਕੱਲੀ ਨੇ ਤਾਂ ਵੀਡੀਓ ਪਾਈ ਨਹੀਂ ਹੋਰ ਲੋਕ ਬਥੇਰੇ ਜਿਹੜੇ ਵੀਡੀਓ ਪਾਈ ਜਾਂਦੇ ਆ ਜਿਨ੍ਹਾਂ ਦੇ ਵਿੱਚ ਹਿੰਮਤ ਆ ਸੱਚ ਨੂੰ ਸੱਚ ਕਹਿਣ ਦੀ ਮੈਂ ਤੁਹਾਨੂੰ ਮੈਸੇਜ ਸੁਣਾਉਣ ਲੱਗੀ ਹਾਂ ਜਿਹੜਾ ਉਹਨਾਂ ਦੇ ਮੈਸੇਜ ਆਏ ਲੋਕਾਂ ਦੇ ਸਤਿ ਸ਼੍ਰੀ ਅਕਾਲ ਜੀ ਤੈਨੂੰ ਸੈਮੀ ਧਾਲੀਵਾਲ ਬਹੁਤ ਸਤਿ ਸ਼੍ਰੀ ਅਕਾਲ ਮੇਰਾ ਤਾਂ ਇਹੀ ਕਹਿਣਾ ਵੀ ਤੂੰ ਨੰਬਰ ਨਾਲ ਦਾ ਲਵਾ ਲਈ ਅਤੇ ਅੱਗੇ ਕਲਾਕਾਰ ਦਾ ਛਿੱਤਰ ਪਏ ਆ ਉੱਥੇ ਅਲੀ ਮਾਰਕੀਟ ਛਿੱਤਰ ਖਾ ਗਿਆ ਤੂੰ ਨਾ ਨੰਬਰ ਨਾਲ ਦਾ ਲਵਾ ਲਈ ਥੋੜ੍ਹਾ ਜਿਹਾ ਬਚ ਕੇ ਰਿਹਾ ਤੂੰ ਗੁਰਦਾਸ ਮਾਨ ਬਾਰੇ ਤੂੰ ਜਿਹੜਾ ਪੁੱਠਾ ਬੋਲਿਆ ਨਾ ਵੀਡੀਓ 'ਚ ਤੈਨੂੰ ਇੱਦਾਂ ਬੋਲਣਾ ਨਹੀਂ ਚਾਹੀਦਾ ਸੀਗਾ ਠੀਕ ਆ ਤੂੰ ਕਲਾਕਾਰ ਆ ਤੂੰ ਰਾਈਟ ਤੈਨੂੰ ਬੋਲਣਾ ਨਹੀਂ ਚਾਹੀਦਾ ਥੈਂਕ ਯੂ ਵੈਰੀ ਮੱਚ ਬਾਏ ਹਾਂਜੀ ਸੁਣ ਲਿਆ ਜੀ ਤੁਸੀਂ ਮੈਸੇਜ ਦਾ ਅਤੇ ਅਗਲਾ ਮੈਸੇਜ ਵੀ ਸੁਣੋ ਮਾੜੀ ਮੋਟੀ ਸ਼ਰਮ ਕਰੋ ਭਾਈ ਮਾੜੀ ਮੋਟੀ ਤੁਸੀਂ ਸ਼ਰਮ ਕਰੋ ਅਸੀਂ ਕੀ ਪਾਈ ਜਾਂਦੇ ਹਾਂ ਜਿੱਦਾਂ ਦੀ ਵੀਡੀਓ ਬਣਾਈ ਜਾਂਦੇ ਕੀ ਕੀਤਾ ਗੁਰਦਾਸ ਮਾਨ ਨੇ ਦੱਸੋ ਤੁਸੀਂ ਕੀ ਕੀਤਾ ਗੁਰਦਾਸ ਮਾਨ ਨੇ ਕੀ ਗਲਤ ਬੋਲਿਆ ਤੁਸੀਂ ਕੱਟ ਵੱਢ ਕੇ ਵੀਡੀਓ ਪਾਈ ਜਾਂਦੇ ਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਕਲਾਕਾਰ ਉਦਾਂ ਮੰਨਦੇ ਸੀ ਕਲਾਕਾਰ ਆ ਤੁਸੀਂ ਸ਼ਰਮ ਆਉਣੀ ਚਾਹੀਦੀ ਆਪਦੇ ਭਰਾ ਦੀ ਆਪਦੇ ਕਲਾਕਾਰ ਭਰਾ ਦੀ ਬੇਇੱਜ਼ਤੀ ਕਰੀ ਜਾਂਦੇ ਕੀ ਗਾਇਆ ਗਲਤ ਉਹਨੇ ਤੁਹਾਡੇ ਛਿੱਤਰ ਪੈਣੇ ਤੁਹਾਡੇ ਸਾਰੇ ਕਲਾਕਾਰਾਂ ਦੇ ਜਿਹੜੇ ਜਿਹੜੇ ਇੱਦਾਂ ਦੀ ਵੀਡੀਓ ਹਾਂਜੀ ਦੇਖੋ ਜੀ ਕਹਿੰਦੇ ਕਲਾਕਾਰ ਭਰਾ ਦੀ ਬੇਇੱਜ਼ਤੀ ਕਰਦੇ ਹੁਣ ਜੇ ਕਲਾਕਾਰ ਭਰਾ ਗੱਲਾਂ ਹੀ ਇੱਦਾਂ ਦੀਆਂ ਕਰੋ ਤਾਂ ਫਿਰ ਹੋਰ ਕੀ ਕਹੋ ਅਸੀਂ ਤਾਂ ਉਹਨਾਂ ਦਾ ਬੜਾ ਹੀ ਰਿਸਪੈਕਟ ਕਰਦੇ ਸੀ ਅਸੀਂ ਤਾਂ ਉਹਨਾਂ ਦੇ ਬਰਾਬਰ ਹੋ ਹੀ ਨਹੀਂ ਸੀ ਸਕਦੇ ਰਾਈਟ ਪਰ ਜਦੋਂ ਗੱਲਾਂ ਹੀ ਇੱਦਾਂ ਦੀਆਂ ਕਰਨੀਆਂ ਕਿਸੇ ਨੇ ਹਨਾ ਸਟੇਜ 'ਤੇ ਚੜ੍ਹ ਕੇ ਅਤੇ ਫਿਰ ਆਪੇ ਹੀ ਫਿਰ ਬੇਇੱਜ਼ਤੀ ਤਾਂ ਕਰਵਾਉਣੀ ਆ ਤੁਹਾਨੂੰ ਕੀ ਲੱਗਦਾ ਹੈ ਗੁਰਦਾਸ ਮਾਨ ਆਪਣੀ ਜਗ੍ਹਾ ਤੇ ਸਹੀ ਹਨ ਜਾਂ ਨਹੀਂ ਉਹਨਾਂ ਦਾ ਵਿਰੋਧ ਕਰਨਾ ਬਣਦਾ ਹੈ ਜਾਂ ਨਹੀਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸੇ ਤਰ੍ਹਾਂ ਦੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਹਾਡਾ ਦਿਨ ਸ਼ੁਭ ਰਹੇ ਧੰਨਵਾਦ